ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਜੋ ਲੋਕਾਂ ਦੇ ਸਾਹਮਣੇ ਆਉਣ ਨਾਲ ਇਲਾਕਾ ਵਾਸੀਆਂ 'ਚ ਆਸ਼ਰਮ ਦੇ ਸੰਚਾਲਕ ਖਿਲਾਫ ਖਾਸਾ ਗੁੱਸਾ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਜਲੰਧਰ ਦੇ ਪਿੰਡ ਵਿਰਕਾ ਅਤੇ ਪਿੰਡ ਸਾਨੀ 'ਚ ਚੱਲ ਰਹੇ ਬਿਰਧ ਅਤੇ ਨੇਤਰਹੀਣ ਆਸ਼ਰਮ ਦੇ ਸੰਚਾਲਕ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਆਸ਼ਰਮ 'ਚ ਰਹਿ ਰਹੀ ਇੱਕ ਮੰਦਬੁੱਧੀ ਲੜਕੀ ਦੇ ਨਾਲ ਆਪਣੇ ਦਫ਼ਤਰ 'ਚ ਅਸ਼ਲੀਲ ਹਰਕਤਾਂ ਕਰਦੇ ਹੋਏ ਦੇਖਿਆ ਜਾ ਰਿਹਾ ਹੈ ਜੋ 19 ਜਨਵਰੀ 2020 ਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਲੋਕਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਅਤੇ ਸੰਸਥਾਵਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲਿਸ ਨੂੰ ਕਰਦੇ ਹੋਏ ਸੰਚਾਲਕ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਰਣਜੀਤ ਸਿੰਘ ਮੇਰਾ ਨਾਂ ਆ ਜੀ, ਪਿੰਡ ਸਾਡਾ ਸਾਨੀ ਆ ਤੇ ਅਸੀਂ ਇੱਕ ਕਿੱਲਾ ਦਾਨ ਕੀਤਾ ਸੀਗਾ ਜੀ ਮਹਾਰਾਜ ਆਪਣੇ ਬਿਰਧ ਆਸ਼ਰਮ ਵਾਸਤੇ। ਇਹ ਜਦ ਤੱਕ ਬਾਬਾ ਜੀ ਤੇ ਬੜੇ ਪੁੱਠ ਪੁੱਠੇ ਕੰਮ ਕਰਦਾ, ਪਹਿਲਾਂ ਕਟਾਉਂਦਾ ਹੁੰਦਾ ਸੀ ਬੰਦਿਆਂ ਨੂੰ ਬਹੁਤ ਕਟਾਉਂਦਾ, ਫਿਰ ਉਹ ਬੰਦੇ ਵਿੱਚੋਂ ਕੱਢੇ ਬੰਦੇ ਸੀਗੇ ਉੱਧਰਲੇ ਆਪਣੇ ਡੇਰਾ ਬਾਬਾ ਨਾਨਕ ਵੱਲ ਦੇ 10-12 ਬੰਦੇ ਉਹ ਇੱਥੋਂ ਕਢਾਏ। ਕਿਉਂਕਿ ਉੱਦਾਂ ਬਾਬਾ ਸਾਨੂੰ ਕਹਿੰਦਾ ਅੰਦਰੋਂ ਬਾਹਰ ਜਾਓ, ਅੰਦਰੋਂ ਬਾਹਰ ਜਾਓ, ਇਹ ਗਲਤ ਕੰਮ ਬੜੇ ਕਰਦਾ ਸੀ। ਪਹਿਲਾਂ ਵੀ ਇੱਕ ਕੁੜੀ ਨੂੰ ਬੱਚਾ ਠਹਿਰ ਗਿਆ ਸੀਗਾ ਇੱਥੇ, ਗੂੰਗੀ ਬੋਲੀ ਸੀ, ਉਹਨੂੰ ਚੱਜ ਨਾਲ ਸੁਣਦਾ ਨਹੀਂ, ਉਹ ਤੋਂ ਜਾ ਕੇ ਸ਼ਹਿਰ ਉਹਦੀ ਸਫਾਈ ਕਰਾਈ ਆ। ਇੱਕ ਸਾਡੇ ਇੱਥੇ ਸੰਗਤਪੁਰ ਦੀ ਕੁੜੀ ਸੀਗੀ, ਉਹ ਜਿੱਦਾਂ ਪਾਣੀ ਧਾਰੀ ਪਵਾਉਂਦੀ ਸੀ, ਚਾਹ ਚੂਹ ਪਵਾਉਂਦੀ ਸੀ, ਉਹ ਜਾਂ ਚਾਹ ਪਾਣੀ ਲੈ ਕੇ ਜਾਂਦੀ ਸੀ ਤਾਂ ਉਹਦੇ ਛਾਤੀ ਦਾ ਹੱਥ ਫੇਰਦਾ ਸੀ ਇਹ। ਉਹ ਵੀ ਕੁੜੀ ਵਿਚਾਰੀ ਹਟ ਗਈ ਇੱਥੋਂ, ਬਹੁਤ ਗਲਤ ਗਲਤ ਕੰਮ ਕਰਦਾ ਇਹ। ਇੱਕ ਹੋਰ ਸੀਗੀ ਕੁੜੀ, ਉਹਦਾ ਨਾਂ ਸੀਗਾ ਮੈਨੂੰ ਨਾਂ ਨਹੀਂ ਉਹਦਾ ਯਾਦ, ਉਹ ਵਿਚਾਰੀ ਉਹ ਵੀ ਲੱਤਾਂ ਵਿਖੀ ਹੀ ਸੀ, ਉਹਨਾਂ ਇਹਨੇ ਬਲਾਤਕਾਰ ਕੀਤਾ ਜਦ ਕਿਹਾ ਤਾਂ ਉਹ ਦੂਏ ਦਿਨ ਇਹਨੇ ਕਢਾ ਦਿੱਤੀ ਉੱਥੋਂ। ਜਿੱਦਾਂ ਬੜੇ ਮਾੜੇ ਕੰਮ ਜਾਂਦੇ ਇੱਥੇ ਚਾਰ ਪਾਸੇ, ਤਾਂ ਸਾਨੂੰ ਵੀ ਕਹਿੰਦਾ ਜਦੋਂ ਗੇਟੋਂ, ਮੈਨੂੰ ਕਹਿੰਦਾ ਗੇਟੋਂ ਬਾਹਰ ਰਹਿ, ਅੰਦਰ ਨਹੀਂ ਆਉਣਾ, ਤਾਂ ਗੇਟੋਂ ਬਾਹਰ ਰਹਿ, ਧੱਕੇ ਨਾਲ ਅਸੀਂ ਗੇਟ ਦੇ ਅੰਦਰ ਜਾਂਦੇ, ਨਹੀਂ ਤਾਂ ਕਹੀ ਜਾਂਦੇ ਤੁਸੀਂ ਗੇਟੋਂ ਬਾਹਰ ਰਿਹਾ ਕਰੋ, ਗੇਟੋਂ ਬਾਹਰ ਰਹੋ, ਮੈਨੂੰ ਕਹਿੰਦਾ ਸੀ ਇਹ। ਸਰ ਜਦੋਂ ਬਾਬਾ ਗਲਤ ਕੰਮ ਕਰਦਾ ਸੀ ਕਿਸੇ ਨਾਲ, ਉਹਦੇ ਨਾਲ ਬਾਅਦ 'ਚ ਵੀ ਕੁੱਟਮਾਰ ਵੀ ਕਰਦਾ ਵੀ ਕਿਸੇ ਬਾਹਰ ਦੱਸੇ ਨਾ? ਹਾਂ ਹਾਂ, ਜਦੋਂ ਇਹ ਬਾਬਾ ਇੰਨਾ ਕਹਿੰਦਾ, ਬੰਦੇ ਸਾਡੇ ਡਰਦੇ ਬਹੁਤ ਸੀ, ਜੇ ਕੋਈ ਮਾੜਾ ਮੋਟਾ ਕਰਦਾ ਸ਼ਿਕਾਇਤ ਸਾਨੂੰ ਦੱਸਦੇ, ਉਹਨੂੰ ਕਹਿੰਦਾ ਚੁੱਕ ਆਪਣਾ ਮੇਰੀ ਬੋਸਰਾ ਬਾਹਰ ਹੋ ਜਾ, ਮੈਂ ਨਹੀਂ ਤੈਨੂੰ ਰੱਖਣਾ। ਉਹ ਅਗਲੇ ਇਸ ਕਰਕੇ ਬੇਸਹਾਰਾ ਕਰਕੇ ਉਹ ਡਰਦੇ ਵਿਚਾਰੇ ਬੋਲਦੇ ਹੀ ਨਾ ਸੀਗੇ। ਇੱਕ ਬੁੜਾ ਬੁੜੀ ਸੀ, ਬਹੁਤ ਉਹਨਾਂ ਦੀ ਮਾੜੀ ਹਾਲਤ ਸੀਗੀ, ਕਹਿੰਦੇ ਕਿ ਲੱਤਾਂ ਵੀ ਗਲੇ ਚੁੱਕਰ, ਉਹਨਾਂ ਨੂੰ ਰਾਤ ਨੂੰ ਆਪਣੇ ਇੱਕ ਡਰਾਈਵਰ ਸੋਨੂ ਇੱਕ ਨਾਲ ਸੀਗਾ ਹੋਰ ਭਈਆ, ਰਾਤ ਨੂੰ ਉਹਨਾਂ ਨੂੰ ਚੜ੍ਹਾ ਕੇ ਆਏ ਆ ਹਰਦੁਆਰ, 11 ਵਜੇ ਰਾਤ ਨੂੰ ਹਰਦੁਆਰ ਚੜ੍ਹਾਇਆ। ਉਹ ਪਤਾ ਨਹੀਂ ਕਿੱਥੇ ਮਰੇ ਹੋਣੇ ਵਿਚਾਰੇ, ਕਿੱਥੇ ਨਹੀਂ ਮਰੇ ਹੋਣੇ। ਅਤੇ ਤੁਹਾਡੀ ਕੀ ਮੰਗ ਹੈ ਜੀ ਹੁਣ? ਸਾਡੀ ਤਾਂ ਮੰਗ ਇੱਥੋਂ ਛੱਡ ਕੇ ਲਾਂਭੇ ਹੋ ਜਾਵੇ ਜੀ, ਆਪੇ ਸਾਡੇ ਇੱਥੇ ਆਲੇ ਦੁਆਲੇ ਪਿੰਡ ਚਲਾਉਣਗੇ, ਇੱਕ ਕਮੇਟੀ ਬਣਾਵਾਂਗੇ ਤਾਂ ਚਲਾਉਣਗੇ। ਅਤੇ ਹੁਣ ਦੁਬਾਰਾ ਇਹ ਜਿਹੜੀ ਆਸ਼ਰਮ ਹੈ ਚੱਲੂਗਾ ਜੀ? ਹਾਂਜੀ, ਆਸ਼ਰਮ ਦੁਬਾਰਾ ਚੱਲੂਗਾ ਜੀ? ਹਾਂ, ਆਸ਼ਰਮ ਤਾਂ ਚੱਲੂਗਾ ਜੀ। ਇਹਨਾਂ ਨੂੰ ਇਹ ਤਾਂ ਪਰਚਾ ਇੱਥੇ ਬਣਨਾ ਚਾਹੀਦਾ ਬਾਬੇ ਦੇ, ਜਿਹੜੇ ਮਾੜੇ ਮਾੜੇ। ਸਰ ਕੀ ਨਾਮ ਆਪਣਾ? ਮੇਰਾ ਨਾਂ ਜੀ ਵਿਜੇ ਕੁਮਾਰ ਜੀ। ਅਤੇ ਤੁਸੀਂ ਕਿਹੜੇ ਆਸ਼ਰਮ ਦੇ ਵਿੱਚ ਕੰਮ ਕਰਦੇ ਹੋ, ਕੀ ਤੁਸੀਂ ਅਹੁਦਾ ਤੁਹਾਡਾ ਜੀ? ਮੇਰਾ ਸਾਨੀ ਦੇ ਵਿੱਚ ਆ ਜੀ, ਪਿੰਡ ਸਾਨੀ ਦੇ ਵਿੱਚ ਐਜ਼ ਆ ਮੈਨੇਜਰ ਜੀ। ਅਤੇ ਇਹ ਜੋ ਬਾਬੇ ਦਾ ਦੂਜੀ ਵੀਡੀਓ ਵਾਇਰਲ ਹੋ ਰਹੀ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਅਤੇ ਕਿੰਨੇ ਚਿਰ ਤੋਂ ਇੱਦਾਂ ਕਰ ਰਹੇ ਆ ਜੀ? ਦੇਖੋ ਜੀ, ਮੈਂ ਤਾਂ ਉੱਧਰ ਨਹੀਂ ਜਾਂਦਾ, ਜਿਸ ਹਿਸਾਬ ਨਾਲ ਹੁਣ ਆਪਾਂ ਵੀਡੀਓ ਦੇਖੀ ਆ, ਇਹ ਪਤਾ ਨਹੀਂ ਕਿੰਨੇ ਚਿਰ ਤੋਂ ਇਹ ਕੀ ਕਰ ਰਹੇ ਆ ਜੀ। ਅਤੇ ਇਹ ਜਿਹੜਾ ਕਲਿੱਪ ਆ, ਮਨਬੁੱਧੀ ਵਾਲੀ ਜਿਹੜੀ ਔਰਤ ਆ ਜਾਂ ਬੱਚਾ ਕੋਈ ਵੀ ਆ ਜੀ ਜੀ, ਅਤੇ ਉਹ ਦੱਸ ਰਹੇ ਆ ਵੀ ਟੋਫੀਆਂ ਜਾਂ ਹੋਰ ਕਿਸੇ ਦਾ ਲਾਲਚ ਦੇ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਦੇਖੋ, ਇਹਦੇ ਬਾਰੇ ਤਾਂ ਆਪਾਂ ਸਾਰਾ ਵੀਡੀਓ ਦੇਖ ਕੇ ਉਹਦੇ ਵਿੱਚ ਸਾਰਾ ਕੁਝ ਪਤਾ ਲੱਗਦਾ ਜੋ ਵੀਡੀਓ ਦੇ ਵਿੱਚ ਸ਼ੋਅ ਕੀਤਾ ਗਿਆ ਜੀ।
ਇਹਦੇ ਬਾਰੇ ਤੁਸੀਂ ਬਾਬਾ ਜੀ ਨੂੰ ਪਹਿਲਾਂ ਪੁੱਛਿਆ ਜਾਂ ਦੱਸਿਆ ਕਿਸੇ ਨੂੰ? ਉਹਦੇ ਬਾਰੇ ਸਾਡੀ ਇੱਕ ਦਾ ਨਾਮ ਅੰਕਲ ਗਏ ਸੀ ਨਾਲ, ਮੈਂ ਪੁੱਛਿਆ ਸੀ ਉਹਨਾਂ ਨੂੰ, ਉਹ ਕਹਿੰਦਾ ਸੀ ਜੀ ਜੀ ਰਣਜੀਤ ਸਿੰਘ ਜੀ ਮੇਰੇ ਨਾਲ ਗਏ ਸੀਗੇ ਜੀ, ਇਹਨਾਂ ਨੇ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਤੁਹਾਡੀ ਵੀਡੀਓ ਆ ਕੋਈ ਜੀ, ਉਹ ਕਹਿੰਦੇ ਵੀ ਇਹ ਤਾਂ ਕੰਪਿਊਟਰ ਤੇ ਉਦਾਂ ਵੀ ਬਣ ਸਕਦੀ ਹੈ। ਠੀਕ ਹੈ, ਠੀਕ ਹੈ ਜੀ। ਬਾਅਦ ਵਿੱਚ ਇਹ ਫਿਰ DSP ਸਾਹਿਬ ਕੋਲ ਗਏ ਆ ਜੀ, ਤੇ ਉਹਨਾਂ ਨੇ ਵੀ ਉੱਥੇ ਗੱਲ ਕੀਤੀ ਆ ਜੀ, ਉਹ ਕਹਿੰਦੇ ਆ ਵੀ ਇੱਦਾਂ ਕੰਪਿਊਟਰ ਤੇ ਬਣ ਜਾਂਦੀ ਆ ਵੀਡੀਓ, ਤੇ DSP ਸਾਹਿਬ ਕਹਿੰਦੇ ਵੀ ਮੇਰੇ ਕੋਲ ਹੈਗੇ ਆ ਕਲਿੱਪ, ਤੁਸੀਂ ਦੇਖ ਲਓ। ਉਸ ਤੋਂ ਬਾਅਦ ਫਿਰ ਕਹਿੰਦੇ, ਉਹ ਕਹਿੰਦੇ ਵੀ ਜੇ ਕੋਈ ਗੱਲ ਹੈਗੀ ਆ ਵੀ ਤੁਸੀਂ ਆਪਸ ਦੇ ਵਿੱਚ ਜਾ ਕੇ ਫੈਸਲਾ ਕਰ ਲਓ। ਤੇ ਹੁਣ ਬਾਬਾ ਜੀ ਨੂੰ ਇੱਥੇ ਸੱਦਿਆ ਸੀਗਾ ਜੀ? ਹਾਂਜੀ, 3 ਵਜੇ ਦਾ ਟਾਈਮ ਦਿੱਤਾ ਸੀ ਜੀ। ਤੇ ਆਏ ਨਹੀਂ ਇੱਥੇ ਹੁਣ? ਨਹੀਂ, ਹੁਣ ਨਹੀਂ ਆਏ ਜੀ। ਤੇ ਹੁਣ ਤੁਹਾਡੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਜੀ? ਹੁਣ ਦੇਖੋ, ਅਸੀਂ ਵੇਟ ਕਰਦੇ ਪਏ ਹਾਂ, ਉਹਨਾਂ ਦੇ ਫੋਨ ਆਇਆ ਸੀਗਾ ਵੀ ਉਹਨਾਂ ਦੇ ਮੈਂਬਰ ਆ ਰਹੇ ਆ। ਠੀਕ ਹੈ, ਉਸ ਤੋਂ ਬਾਅਦ ਜੋ ਫੈਸਲਾ ਹੋਊਗਾ ਤੁਹਾਨੂੰ ਦੱਸਿਆ ਜਾਊਗਾ। ਕੀ ਨਾਂ ਜੀ ਆਪਣਾ? ਇਹ ਮੇਰਾ ਸਤਨਾਮ ਸਿੰਘ ਜੀ। ਇਹ ਕੀ ਹਾਦਸਾ ਵਾਪਰਿਆ ਜੀ? ਹਾਦਸਾ ਇਹ ਬਣਿਆ, ਬਾਬੇ ਦੇ ਇੱਥੇ ਜਿਹੜਾ ਆਸ਼ਰਮ ਚਲਾ ਰਿਹਾ ਹਨਾ, ਨਾਨੀ ਦੇ ਨਾਲ ਨਜਾਇਜ਼ ਹਰਕਤਾਂ ਕਰਦਾ। ਕੀ ਨਾਂ ਬਾਬੇ ਜੀ ਦਾ? ਬਾਬੇ ਨਾਂ ਹਰਦਿਆਲ ਸਿੰਘ ਜੀ। ਗੁਰਦਿਆਲ ਸਿੰਘ ਦਾ ਹੈਗਾ ਇਹ ਆਸ਼ਰਮ ਚਲਾਉਂਦਾ, ਇਹ ਲੜਕੀਆਂ ਨਾਲ ਨਜਾਇਜ਼ ਹਰਕਤਾਂ ਕਰਦਾ ਸਰ। ਇਲਾਕੇ ਵਿੱਚ ਇਸ ਗੱਲ ਦੀ ਆਮ ਚਰਚਾ ਸੀ, ਇਸ ਕਰਕੇ ਇਲਾਕੇ ਦੁਖੀ ਹੋ ਕੇ ਅੱਜ ਇਹਦੀ ਮੀਟਿੰਗ ਕੀਤੀ ਆ, ਅਤੇ ਇਹਦੀ ਜਿਹੜੀ ਵੀਡੀਓ ਕਲਿੱਪ ਵੀ ਬਣਾਈ ਆ ਜੋ ਆਮ ਸੰਗਤ ਨੂੰ ਸਾਰੇ ਦਿਖਾਈ ਗਈ ਆ। ਇੱਥੇ ਵਿੱਚ ਸੰਗਤ ਨੇ ਫੈਸਲਾ ਕੀਤਾ ਬਾਬੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਠੀਕ ਨੀ ਸਰ? ਇੱਥੇ ਕਿੰਨੇ ਆ ਔਰਤਾਂ ਆ ਇੱਥੇ ਇਸ ਵੇਲੇ? ਇੱਥੇ 150 ਦੇ ਕਰੀਬ ਬੰਦਾ ਹੈ ਇਸ ਵੇਲੇ ਪ੍ਰੈਜੈਂਟ ਹੈਗਾ। ਤੇ ਬਾਬਾ ਕਿੰਨੇ ਚਿਰ ਤੋਂ ਇੱਦਾਂ ਦੀਆਂ ਹਰਕਤਾਂ ਕਰ ਰਿਹਾ ਇਹਨਾਂ ਨਾਲ? ਬਾਬਾ ਦਾ ਜਦੋਂ ਪਤਾ 14 ਦੇ ਆਸ਼ਰਮ ਸ਼ੁਰੂ ਹੋਇਆ ਤਕਰੀਬਨ, ਉਹ ਤੋਂ ਪਹਿਲਾਂ ਤਾਂ ਥੋੜੇ ਬੰਦੇ ਘੱਟ ਸੀ, ਹੁਣ ਤਾਂ ਆਪਣੇ 5-4 ਸਾਲਾਂ ਤੋਂ ਕਾਫੀ ਰਸ਼ ਇੱਥੇ ਪੈ ਗਿਆ ਹੈਗਾ। ਉੱਧਰ ਵੀ ਆਪਣੇ ਬਿਲਕੁਲ ਵੀ ਆਸ਼ਰਮ ਹੈਗਾ, ਉੱਥੇ ਵੀ ਹਰਕਤਾਂ ਕਰਦਾ, ਇਹ ਕੰਪਲੀਟ ਉੱਥੋਂ ਆਈ ਹੈ ਜੀ। ਤੁਹਾਡੀ ਕੀ ਮੰਗ ਹੈ ਜੀ ਹੁਣ? ਹੈਂਜੀ, ਤੁਹਾਡੀ ਕੀ ਮੰਗ ਹੈ? ਬਾਬਾ ਜੀ ਤੇ ਮਤਲਬ ਬਕਾਇਦਾ ਰੇਪ ਦਾ ਪਰਚਾ ਕੀਤਾ ਜਾਵੇ ਦਰਜ ਸਾਰੇ ਸਾਹਿਬ ਨਾਲ, ਠੀਕ ਨੀ, ਤੇ ਇਹਦੀ ਗ੍ਰਿਫਤਾਰੀ ਕੀਤੀ ਜਾਵੇ ਛੇਤੀ ਛੇਤੀ, ਨੂੰ ਆਸ਼ਰਮ ਨੂੰ ਭਜਾਇਆ ਜਾਵੇ ਖੜਕੇ, ਠੀਕ ਨੀ, ਤੇ ਆਸ਼ਰਮ ਜਿਹੜਾ ਸਰਕਾਰ ਆਪਣੇ ਅੰਡਰ ਲਵੇ। ਆਪਣੇ DSP ਹਲਕਾ ਨੂੰ ਰਿਪੋਰਟ ਦਿੱਤੀ ਸੀ, ਉਹਨਾਂ ਨੇ ਕਿਹਾ ਤੁਸੀਂ ਲੋਕਲ ਜੇ ਫੈਸਲਾ ਥੋੜਾ ਹੁੰਦਾ ਤਾਂ ਕਰਾ ਲਓ, ਠੀਕ ਨੀ, ਤੇ ਉਸ ਸੰਬੰਧ ਚ ਅੱਜ ਅਸੀਂ ਮੀਟਿੰਗ ਸੱਦੀ ਸੀ ਇਲਾਕੇ ਦੀ ਬੰਦਿਆਂ ਦੀ। DSP ਨੂੰ ਕਿੰਨੇ ਦਿਨ ਹੋ ਗਿਆ ਜੀ ਤੁਸੀਂ ਦਿੱਤੇ? 3 ਦਿਨ ਹੋ ਗਿਆ DSP ਹਲਕਾ ਨੂੰ, ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ। ਉਹ ਕਹਿੰਦੇ ਸੀ ਆਪਣਾ ਫੈਸਲਾ ਕਰੋ, ਤੁਸੀਂ ਇਹ ਤਾਂ ਹੁੰਦਾ ਠੀਕ ਆ, ਨਹੀਂ ਤਾਂ ਫਿਰ ਅਸੀਂ ਆਪਣੀ ਕਾਰਵਾਈ ਲੋਕਲ ਕਮੇਟੀ ਨਾ ਹੋਣ ਕਰਕੇ, ਮਤਲਬ ਐਡਮਿਸ਼ਨ ਪਹਿਲਾਂ ਸਟੈਪ ਨਹੀਂ ਚੱਕ ਸਕਿਆ, ਹੁਣ ਅਸੀਂ ਅੱਜ ਲੋਕਲ ਕਮੇਟੀ ਤਿਆਰ ਕੀਤੀ ਹੈ ਸਰ ਸਾਹਿਬ ਨੂੰ ਬਣਾਉਣ, ਜਿਹੜੇ ਅਗਲਾ ਜੀ ਤਾਂ ਐਕਸ਼ਨ ਕਰੂਗੀ ਸਰ ਸਾਹਿਬ ਨਾਲ। ਪਹਿਲੇ ਕਮੇਟੀ ਕੋਈ ਨਹੀਂ ਸੀ, ਬਾਬੇ ਨੇ ਆਪਣੀ ਇੰਡੀਪੈਂਡੈਂਟ ਕਮੇਟੀ ਬਣਾਈ ਹੋਈ ਸੀ, ਠੀਕ ਹੈ, ਤੇ ਆਪਣੇ ਗਾਹ ਵਿਰਾਸਤ ਵਿੱਚ ਆਪਣੇ ਜਿਹੜਾ ਧੀਆ ਪੁੱਤ ਉਹਨਾਂ ਨੂੰ ਗਾਹ ਤੋਂ ਗਾਹ ਡੇਰਾ ਸਪੁਰਦ ਕਰੀ ਜਾਂਦਾ ਸੀ। ਜਨਤਾ ਦੀ ਕਮੇਟੀ ਤਾਂ ਹੁਣ ਬਣੂਗੀ, ਹਰ ਕਮੇਟੀ ਇਹ ਫੈਸਲਾ ਕਰੂਗੀ, ਠੀਕ, ਲੋਕਲ ਕਮੇਟੀ ਇਹ ਕਮੇਟੀ ਬਣੀ ਆ, ਹੁਣ ਜਿਹੜੀ ਆ ਇਹ ਕਮੇਟੀ ਫੈਸਲਾ ਕਰੂਗੀ ਗਾਹ ਗਾਹ ਕੀ ਕਰਨਾ, ਠੀਕ ਹੈ। ਸਰ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ, ਉਹ ਕਲਿੱਪ ਕਿਹੜੇ ਆਸ਼ਰਮ ਦਾ ਹੈ ਜੀ? ਬਿਰਕਾ ਆਸ਼ਰਮ ਦੀ ਹੈ ਬਾਬਾ ਜੀ ਬਿਰਕਾ ਵੀ ਰਹਿੰਦੇ ਹੋ? ਉੱਥੇ ਦੋ ਗਲਾਸ ਆਸ਼ਰਮ ਇਹਦਾ ਹੈਗਾ ਉੱਥੇ, ਠੀਕ ਹੈ, ਬਿਰਕਾ ਆਸ਼ਰਮ ਦੀ ਹੈ ਜੀ। ਤੇ ਉਹ ਔਰਤ ਨੇ ਤੁਹਾਨੂੰ ਕੁਝ ਇਹਦੇ ਬਾਰੇ ਦੱਸਿਆ ਜੀ? ਹਾਂਜੀ ਸਰ, ਅੱਜ ਇੱਕ ਦਰਖਾਸਤ ਰਣਜੀਤ ਸਿੰਘ ਪੁੱਤਰ ਸਵੰਤ ਸਿੰਘ ਵਾਸੀ ਸਾਨੀ ਵੱਲੋਂ, ਇਸਨੇ ਆਪਣਾ ਗੁਰੂ ਨਾਨਕ ਬਿਰਧ ਆਸ਼ਰਮ ਬਿਰਕਾ ਵਿਖੇ ਬਣਾਇਆ, ਜਿਸ ਦੀ ਦੇਖ ਰੇਖ ਬਾਬਾ ਦਿਆਲ ਸਿੰਘ ਕਰ ਰਹੇ ਸਨ। ਇਹਨਾਂ ਨੇ ਇੱਕ ਦਰਖਾਸਤ ਰਾਹੀਂ ਦੱਸਿਆ ਕਿ ਜਿਹੜਾ ਬਾਬਾ ਗੁਰਦਿਆਲ ਸਿੰਘ ਮਨਬੁੱਧੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਵੀਡੀਓ ਵਿੱਚ ਦਿਖਾਈ ਦਿੰਦਾ, ਜਿਸ ਦੇ ਖਿਲਾਫ਼ ਕਾਰਵਾਈ ਕਰ ਲਈ ਦਿੱਤੀ ਹੈ, ਜਿਸ 'ਤੇ ਪੂਰੀ ਇਨਕੁਆਇਰੀ ਕਰਕੇ ਇਹਦੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ।
ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।